ਦੱਸਦੇ ਕਿ ਗੁਰਦੁਆਰਾ ਦੇ ਪ੍ਰਬੰਧਕ ਤੇ ਫਰਜ਼ੀ ਆਨੰਦ ਕਾਰਜ ਕਰਵਾਉਣ ਦੇ ਇਲਜ਼ਾਮ ਲੱਗੇ ਨੇ, ਜਿੱਥੇ ਮੌਕੇ ਤੇ ਸ਼ਿਕਾਇਤ ਕਰਤਾ ਦੇ ਨਾਲ ਇਹਨਾਂ ਦੀ ਧੱਕਾ ਮੁੱਕੀ ਹੋ ਜਾਂਦੀ ਹੈ ਤੇ ਦੋ ਦੀ ਇਸ ਦੇ ਵਿੱਚ ਪੱਗ ਵੀ ਲੱਥ ਜਾਂਦੀ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਧੱਕਾ ਮੁੱਕੀ ਹੋਈ ਹੈ। ਤਾਂ ਦੱਸਦੇ ਕਿ ਜਦੋਂ ਪੁਲਿਸ ਗੁਰਦੁਆਰੇ ਦੇ ਵਿੱਚ ਪਹੁੰਚਦੀ ਹੈ ਤਾਂ ਉਹਨਾਂ ਨੂੰ ਮੌਕੇ ਤੇ ਦਰਜਨਾਂ ਮੋਟਰਸਾਈਕਲ ਮਿਲਦੇ ਨੇ ਜੋ ਕਿ ਉਹਨਾਂ ਦੇ ਵੱਲੋਂ ਬਰਾਮਦ ਕਰ ਲਏ ਗਏ ਨੇ, ਜਿਸ ਤੋਂ ਬਾਅਦ ਮਾਮਲਾ ਭਖ ਜਾਂਦਾ ਹੈ। ਤਾਂ ਦੱਸ ਦੇ ਕਿ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ ਦੇ ਉੱਪਰ ਫਰੀਦਕੋਟ ਦੇ ਕੁਝ ਲੋਕਾਂ ਨੇ ਆਨੰਦ ਕਾਰਜਾਂ ਦੇ ਕਥਿਤ ਫਰਜ਼ੀ ਸਰਟੀਫਿਕੇਟ ਬਣਾਉਣ ਦੇ ਇਲਜ਼ਾਮ ਲਗਾਏ ਨੇ। ਤਾਂ ਉਹਨਾਂ ਦੇ ਵੱਲੋਂ ਫਰਜ਼ੀ ਸਰਟੀਫਿਕੇਟ ਪੇਸ਼ ਕਰਕੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਨਾਲ ਲੈ ਕੇ ਉਹ ਜਿੱਥੇ ਮਨਪ੍ਰੀਤ ਸਿੰਘ ਖਾਲਸਾ ਮੌਜੂਦ ਸੀ ਉਸ ਗੁਰਦੁਆਰੇ ਦੇ ਵਿੱਚ ਪਹੁੰਚੇ, ਪਰ ਉਹ ਮੌਕੇ ਤੇ ਨਹੀਂ ਮਿਲਦੇ। ਤਾਂ ਪੁਲਿਸ ਦੇ ਵੱਲੋਂ ਗੁਰਦੁਆਰੇ ਦੇ ਵਿੱਚ ਛਾਣਬੀਣ ਕੀਤੀ ਗਈ ਤਾਂ ਉਹਨਾਂ ਨੂੰ 12 ਮੋਟਰਸਾਈਕਲ ਤੇ ਇੱਕ ਸਕੂਟੀ ਬਰਾਮਦ ਹੁੰਦੀ ਹੈ। ਤਾਂ ਫਿਰ ਮੌਕੇ ਤੇ ਬਾਬਾ ਮਨਪ੍ਰੀਤ ਸਿੰਘ ਖਾਲਸਾ ਪਹੁੰਚਦੇ ਨੇ ਤੇ ਫਿਰ ਕਿਸੇ ਗੱਲੋਂ ਸ਼ਿਕਾਇਤ ਕਰਤਾਵਾਂ ਦੇ ਨਾਲ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਤੇ ਦੋਨਾਂ ਧਿਰਾਂ ਦੇ ਵਿੱਚ ਤਕਰਾਰ ਵੀ ਹੁੰਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਆਪਸ ਦੇ ਵਿੱਚ ਲੜ ਪੈਂਦੇ ਨੇ। ਤਾਂ ਇਸ ਸੰਬੰਧੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹਨਾਂ ਦੀ ਭਤੀਜੀ ਕਾਲਜ ਦੇ ਵਿੱਚ ਪੜ੍ਹਦੀ ਸੀ, ਜਿੱਥੇ ਕਿ ਉਸਦਾ ਇੱਕ ਮੁੰਡੇ ਦੇ ਨਾਲ ਸੰਪਰਕ ਹੁੰਦਾ ਹੈ ਜੋ ਕਿ ਉਸ ਨੂੰ ਡਰਾ ਧਮਕਾ ਕੇ ਧੱਕੇਸ਼ਾਹੀ ਕਰਦਾ ਹੈ। ਤਾਂ ਬਾਬਾ ਮਨਪ੍ਰੀਤ ਸਿੰਘ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਨੇ। ਤਾਂ ਉਹਨਾਂ ਕਿਹਾ ਕਿ ਜਦੋਂ ਅਸੀਂ ਬਾਬਾ ਮਨਪ੍ਰੀਤ ਦੇ ਕੋਲ ਆਏ ਇਸ ਗੱਲ ਦਾ ਇਤਰਾਜ਼ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਆਨੰਦ ਕਾਰਜ ਉਹਨਾਂ ਦੇ ਵੱਲੋਂ ਨਹੀਂ ਕਰਵਾਏ ਗਏ। ਉਹਨਾਂ ਕਿਹਾ ਕਿ ਜਦੋਂ ਕਿ ਗੁਰਦੁਆਰੇ ਦੇ ਗ੍ਰੰਥੀ ਸਿੰਘ ਅਤੇ ਉਹਨਾਂ ਦੀ ਪਤਨੀ ਮੰਨ ਗਏ ਕਿ ਇਹ ਆਨੰਦ ਕਾਰਜ ਬਾਬਾ ਮਨਪ੍ਰੀਤ ਸਿੰਘ ਨੇ ਹੀ ਕਰਵਾਏ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਥੇ ਜਦੋਂ ਅੱਜ ਅਸੀਂ ਆਏ ਤਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚੋਂ 12 ਮੋਟਰਸਾਈਕਲ ਤੇ ਇੱਕ ਐਕਟਿਵਾ ਮਿਲੀ ਹੈ। ਉਹਨਾਂ ਕਿਹਾ ਕਿ ਬਾਬਾ ਮਨਪ੍ਰੀਤ ਸਿੰਘ ਨੂੰ ਪਹਿਲਾਂ ਵੀ ਗਲਤ ਕੰਮ ਕਰਦਿਆਂ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਕੱਢਿਆ ਜਾ ਚੁੱਕਿਆ ਤੇ ਹੁਣ ਇੱਥੇ ਵੀ ਉਹਨਾਂ ਨੇ ਅਜਿਹਾ ਹੀ ਕੀਤਾ ਤਾਂ ਉਹਨਾਂ ਨੂੰ ਹੁਣ ਇਨਸਾਫ ਦਿੱਤਾ ਜਾਵੇ। ਮੇਰੀ ਭਤੀਜੀ ਸੀਗੀ, ਕਾਲਜ ਪੜ੍ਹਦੀ ਸੀ, ਕਾਲਜ ਪੜ੍ਹਦਿਆਂ ਚਲੋ ਕਿਸੇ ਮੁੰਡੇ ਨਾਲ ਕੋਈ ਮਾੜੀ ਮੋਟੀ ਹੋਈ, ਉਹਨਾਂ ਨੇ ਉਹਦੇ ਨਾਲ ਉਹਨੂੰ ਡਰਾ ਧਮਕਾ ਕੇ ਕੁਛ ਧੱਕਾਸ਼ਾਹੀ ਕਰਦੇ ਰਹੇ, ਕਰ ਕਰਾ ਕੇ ਇਹਦੇ ਕੋਲ ਆਨੰਦ ਕਾਰਜ ਨੇ ਕਰਤੇ ਉਹਨਾਂ ਦੇ। ਕਿੰਨੇ ਜੀ? ਇਹ ਬਾਬੇ ਮਨਪ੍ਰੀਤ ਨੇ, ਆਹ ਇਹਦਾ ਸਰਟੀਫਿਕੇਟ ਇੱਥੋਂ ਦਾ ਗੁਰਦੁਆਰੇ ਦਾ। ਕੁੜੀ ਦੀ ਉਮਰ ਕਿੰਨੀ ਹੈ? ਕੁੜੀ ਦਾ ਘਰ ਦਾ ਕੋਈ ਨਹੀਂ ਬੰਦਾ, ਕੁੜੀ ਦੇ ਘਰ ਦਾ ਕੋਈ ਬੰਦਾ ਨਹੀਂ ਗਾ ਕੋਲੇ। ਤੇ ਉਮਰ ਕਿੰਨੀ ਕੁੜੀ ਦੀ? ਕੁੜੀ 21 ਸਾਲ। ਸਰ ਤੇ ਕੀ ਹੁਣ ਕੀ ਗੱਲ ਹੋਈ ਹੈ ਇੱਥੇ? ਇੱਥੇ ਬਸ ਇਹੀ ਆਈ, ਇਹਨੂੰ ਕਿਹਾ, ਇਹ ਕਹਿੰਦਾ ਮੇਰਾ ਗੁਰਦੁਆਰਾ ਨਹੀਂ, ਮੇਰਾ ਸਰਟੀਫਿਕੇਟ ਨਹੀਂ ਗਾ। ਪਾਠੀ ਮੰਨ ਗਿਆ, ਪਾਠੀ ਦੇ ਘਰ ਵਾਲੀ ਮੰਨ ਗਈ ਵੀ ਆਨੰਦ ਕਾਰਜ ਹੋਇਆ। ਬਾਬੇ ਮਨਪ੍ਰੀਤ ਨੇ ਕਰਾਇਆ 4000 ਰੁਪਇਆ ਤਨਖਾਹ ਤੇ ਉਹਨਾਂ ਨੂੰ ਰੱਖਿਆ, ਪਰ ਉਹਨਾਂ ਨੂੰ ਸਹੀ ਗੱਲ ਨਹੀਂ ਹੈ ਦੱਸਦਾ, ਕਹਿੰਦਾ ਆਨੰਦ ਕਾਰਜ ਕਰ ਦਿਓ। ਹੋਰ ਇਹਦੇ ਕੋਲ 10 ਮੋਟਰਸਾਈਕਲ, ਇੱਕ ਐਕਟਿਵਾ, 11 ਮੋਟਰਸਾਈਕਲ, ਇੱਕ ਐਕਟਿਵਾ। ਮੰਗ ਇਹ ਹੈ ਇਹਦਾ ਗੁਰਦੁਆਰਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਇੱਥੋਂ ਚੁਕਾਇਆ ਜਾਵੇ। ਇਹ ਇਦੋਂ ਪਹਿਲਾਂ 4-5 ਥਾਵਾਂ ਤੋਂ ਗੁਰਦੁਆਰਿਆਂ ਚੋਂ ਕੁੱਟ ਕੇ ਕੱਢਿਆ ਹੋਇਆ, ਹਰ ਥਾਂ ਤੋਂ ਜਨਾਨੀ ਦੇ ਚੱਕਰ 'ਚ ਬਾਬਾ ਮਨਪ੍ਰੀਤ ਸਿੰਘ ਕੱਢਿਆ ਹੋਇਆ। ਕੋਈ ਸਰਟੀਫਿਕੇਟ ਗਲਤ ਨਹੀਂ ਜੀ, ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਫਰਜ਼ ਬਣਦਾ ਵੀ ਇੱਥੇ ਆ ਕੇ ਮੇਰੇ ਨਾਲ ਗੱਲ ਕਰਨ ਦਾ, ਜਾਂ ਮੁਲਾਜ਼ਮ ਬੈਠੇ ਆ, ਪੁਲਿਸ ਬੈਠੀ ਹੈ,
SSP ਕੋਲ ਸਾਹਿਬ ਪੇਸ਼ ਹੋਣ ਵੀ ਕੋਈ ਗਲਤ ਹੈ, ਕਾਗਜ਼ ਗਲਤ ਹੈ ਜਾਂ ਕੀ ਗਲਤ ਹੈ। ਮੈਂ ਉੱਥੇ ਜਾਣ ਦਾ ਹੱਕਦਾਰ ਹੋਊਂਗਾ, ਠੀਕ ਹੈ। ਗੁਰਦੁਆਰਾ ਸਾਹਿਬ ਆਏ ਆ ਆਪਣੇ ਸ਼ਰਮਾ ਸਾਹਿਬ ਜਿਹੜੇ ਸਿਟੀ 2 ਦੇ SHO ਸਾਹਿਬ ਹੈ, ਨਾਲ ਮੁਲਾਜ਼ਮ ਸੀਗੇ, ਅਤੇ SHO ਸਾਹਿਬ ਸਿਟੀ 1 ਦੇ ਵੀ ਆਏ ਆ, DSP ਸਾਹਿਬ ਸ਼ੇਰ ਸਿੰਘ ਗਿੱਲ ਉਹ ਵੀ ਇੱਥੇ ਆਏ ਆ। ਕੁਝ 4 ਬੰਦੇ ਆ ਉਹ ਬਲਵਿੰਦਰ ਨਗਰ ਦੇ ਬੰਦੇ ਆ, ਅਤੇ ਉਹ ਆ ਕੇ ਇੱਥੇ ਮਤਲਬ ਗਲੋ ਗਲੀ ਸੱਡਣਾ ਹੋਏ ਆ। ਦਸਤਾਰ ਉਹਨੇ ਲਾਈ ਹੈ ਜੀ, ਪਹਿਲਾਂ ਬਾਬਾ ਜੀ ਨੂੰ ਬੰਨੀ ਰੱਖਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਠੀਕ ਹੈ। ਅਤੇ ਅਸੀਂ ਚਾਹੁੰਦੇ ਹਾਂ ਵੀ ਇੱਥੇ ਗੁਰਦੁਆਰਾ ਸਾਹਿਬ ਆ ਕੇ ਗਲ ਪਏ ਆ, ਠੀਕ ਹੈ, ਬੰਦਿਆਂ ਦੇ ਸਾਡਿਆਂ ਦੇ, ਅਤੇ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਾਬਾ ਜੀ ਦੇ ਅਗੇਂਸਟ ਮਤਲਬ ਕਿ ਇਹ ਸ਼ਿਕਾਇਤ ਕਰਦੇ ਸੀਗੇ ਕਿ ਕੋਈ ਮੈਰਿਜ ਸਰਟੀਫਿਕੇਟ ਬਣਾਇਆ ਜੀ, ਉਹਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਅਸੀਂ ਗੱਲਬਾਤ ਕਰਨਾ ਸੀ, ਇਹ ਕਹਿੰਦੇ ਸਾਡੇ ਝਗੜਾ ਕਰਨਾ ਸੀ। ਤਾਂ ਉਹਦੇ 'ਚ ਇਹਨਾਂ ਨੇ ਉਹ ਇਹ ਇਲਜ਼ਾਮ ਲਾਉਂਦੇ ਵੀ ਸਾਡੇ ਜੀ ਪੁੱਜਾ ਇਹਨਾਂ ਨੇ ਧੱਕਾ ਮੁੱਕੀ ਕੀਤਾ ਹੈਗਾ, ਅਤੇ ਉਹ ਬਾਕੀ ਕਹਿ ਰਹੇ ਸੀ ਜਾਂ ਵਹੀਕਲ, ਉਹ ਇਹ ਇਲਜ਼ਾਮ ਲਾ ਰਹੇ ਵੀ ਜਿਹੜੇ ਵਹੀਕਲ ਆ ਇਹਨਾਂ ਕੋਲ ਕੋਈ 2 ਨੰਬਰ ਦੇ ਆ, ਹੁਣ ਇਹ ਚੀਜ਼ਾਂ ਸਾਰੀਆਂ ਵੈਰੀਫਾਈ ਕਰ ਲੈਂਦੇ ਜੀ ਆਪਾਂ ਕੀ। ਬਾਬਾ ਕਹਿੰਦਾ ਕਿ ਮੇਰੀ ਦਸਤਾਰ ਲਾਈ ਗਈ ਆ, ਉਹ ਤਾਂ ਜੀ ਹਰ ਚੀਜ਼ ਦਾ ਵੀਡੀਓ ਬਣ ਰਿਹਾ, ਠੀਕ ਹੈ ਜੀ, ਪੁਲਿਸ ਪ੍ਰੈਜੈਂਟ ਹੈ, ਹੁਣੇ ਵੈਰੀਫਾਈ ਕਰਕੇ ਉਹਦਾ ਕੇਸ ਰਜਿਸਟਰ ਕਰ ਦਾਂਗੇ ਆਪਾਂ ਉਹਨਾਂ 'ਤੇ।